ਤੋਂ ਧਰਮਾਂ ਦਾ ਜਿੰਨੀ ਵੀ ਸੰਗਤ ਅੱਜ ਇਸ ਖੇਡ ਮੈਦਾਨ ਦੇ ਲਾਗੇ ਜੁੜੀ ਬੈਠੀ ਹੈ, ਨਾ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਦੇ ਉੱਤੇ ਹੁਣ ਤਿੰਨ ਕਿ ਗੋਲ ਜਿਹਾ ਨਹਿਰਾਂ ਵਿੱਚ ਹੰਦੇ ਦੋ ਦਿਸਦੇ ਚੜ ਜਾਂਦਾ ਚਾਹ ਜਦੋਂ ਖਿਡਾਰੀ ਵਿੱਚ ਦਿਸਦੇ ਕਿ ਚਾਹੀਏ ਬਲਿਹਾਰੇ ਜੀ ਨੇ ਕਾਂਡੇ ਦੀ ਕੱਢੀ ਖੇਡਣੀ ਕਬੱਡੀ ਯਾਰ ਖੇਡਣੀ ਕਬੱਡੀ। ਕਈ ਹਜੇ ਖੇਡਦੇ ਨੇ ਕਈਆਂ ਖੇਡ ਛੱਡੀ ਨਾ ਸਾਹਮਣੇ ਪੂਰੀ ਚੁਸਤੀ ਦੇ ਨਾਲ ਪੂਰੀ ਫੁਰਤੀ ਦੇ ਰੰਗ ਦੇ ਨਜ਼ਰ ਬਲਕਿ ਜੱਫਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹੈ ਪਰ ਪੁਆਇੰਟ ਜੋ ਹੈ ਉਹ ਰੇਡਰ ਦੇ ਵਾਸਤੇ ਜੁੜ ਚੁੱਕਿਆ ਹੈ, ਪੁਆਇੰਟ ਜਿਹੜਾ ਰੇਡਰ ਦੇ ਵਾਸਤੇ ਹੈ। ਅਗਲਾ ਮੈਚ ਪਾਤਸ਼ਾਹਪੁਰ ਤੇ ਸੇਖਾ, ਪਾਤਸ਼ਾਹਪੁਰ ਤੇ ਬਾਬਾ ਤਰੈਲ ਦਾਸ ਸੇਖਾ ਇਹ ਟੀਮਾਂ ਲੌਂਗਾ ਲੈਣ। ਇੰਨਾ ਬਾਜਵਾ ਕਲੱਬ ਤੇ ਸੁਲਤਾਨਪੁਰ ਦਾ ਮੈਚ ਟੀਮਾਂ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਜ਼ਰੂਰ ਤਿਆਰੀ ਫੜ ਕੇ ਰੱਖਣ ਕਿਉਂਕਿ ਪਿੰਡ ਦਾ ਮੈਚ ਜਿਹੜਾ ਬਹੁਤ ਇੰਟਰਸਟਿੰਗ ਹੋਵੇਗਾ। ਪਿੰਡ ਦੇ ਵਿੱਚ ਖੇਡਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਮੇਰੇ ਪੰਜਾਬੀ ਵੀਰੋ। ਮੈਂ ਉਸ ਸਾਹਮਣੇ ਮੈਦਾਨ ਦੇ ਵਿੱਚ ਆਪਾਂ ਜੁੜਦਿਆਂ ਖੇਡ ਕਬੱਡੀ ਦੇ ਨਾਲ ਤੁਹਾਨੂੰ ਜੋੜਨ ਦੀ ਕੋਸ਼ਿਸ਼ ਵੀ ਕਰਾਂਗੇ। ਮੈਂ ਮੈਦਾਨ ਦੇ ਵਿੱਚ ਇਸ ਵੇਲੇ ਪਈ ਹੋਈ ਕਬੱਡੀ ਉਹਦਾ ਸਮੁੱਚੀ ਸਪੋਰਟਸ ਸਾਡੇ ਵੱਲੋਂ ਦੋਨੋਂ ਟੀਮਾਂ ਲਈ ਇੱਕ ਇੱਕ 100 ਰੁਪਇਆ ਬਚਾਇਆ ਹੈ, ਬਹੁਤ ਬਹੁਤ ਧੰਨਵਾਦ ਹੈ। ਦੋਨੋਂ ਟੀਮਾਂ ਦੇ ਲਈ ਸਪੋਰਟਸ ਕਲੱਬ ਦੇ ਵੱਲੋਂ ਇੱਕ ਇੱਕ 100 ਰੁਪਇਆ ਜਿਹੜਾ ਪੁੱਜਦਾ ਆਇਆ, ਬਹੁਤ ਬਹੁਤ ਧੰਨਵਾਦ। ਹਾਂ ਅਗਲੀ ਕਬੱਡੀ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਮੇਰੇ ਵੀਰ ਹੰਦਿਆਂ ਨੂੰ ਟੇਕ ਮੱਥਾ, ਨੌਜਵਾਨ ਹੱਥਾਂ ਨੂੰ ਕਲੀ ਲਾ ਲਈ ਹੈ ਵੀ ਤਰਸੇਮ ਕੁਮਾਰ ਸੁਨਾਣ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ। ਮੇਰੇ ਸਰਕਾਰ ਗੁਰਦਾਸ ਸਿੰਘ ਜੀ ਪ੍ਰਧਾਨ ਰਵਿਦਾਸ ਕਮੇਟੀ ਨੇੜੇ ਕੇ ਪੱਤੀਓ ਪਹੁੰਚੇ ਨੇ, ਉਹਨਾਂ ਦੇ ਨਾਲ ਉਹਨਾਂ ਦੇ ਮੈਂਬਰ ਸਾਹਿਬਾਨ ਪਹੁੰਚੇ ਨੇ, ਉਹਨਾਂ ਨੂੰ ਕਲੱਬ ਵੱਲੋਂ ਉਡੀਕ ਕੀਤੀ ਆਇਆ, ਬਹੁਤ ਬਹੁਤ ਧੰਨਵਾਦ ਜੀ। ਉਧਰ ਗੁਜਰੀਆਂ ਸ਼ਖਸੀਅਤਾਂ ਦਾ ਜਿਹੜਾ ਸਨਮਾਨ ਸਤਿਕਾਰ ਜਿਹੜਾ ਕੀਤਾ ਜਾ ਰਿਹਾ ਹੈ, ਉਧਰ ਗੋਪਾਲ ਬੇਟਰ ਪਾਰਟੀ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਨਾ ਸਾਹਮਣੇ ਧਨੌਲੇ ਵਾਲਾ ਇਸ ਵੇਲੇ ਗੱਭਰੂ ਕਹਿੰਦੇ ਨੌਜਵਾਨ ਨੇ ਮੇਰੇ ਵੀਰੇ ਇਸ ਵੇਲੇ ਤਾਰੀ ਕੈਂਕੇ ਤੇ ਲੱਗਿਆ ਹੈ ਜ਼ੋਰ, ਪਰ ਹੁਣ ਤੋਂ ਨੇ ਜਿਹੜਾ 30 ਸਕਿੰਟਾਂ ਦਾ ਸਮਾਂ ਪੂਰਾ ਕਰ ਦਿੱਤਾ ਹੈ ਵੀ ਪੁਆਇੰਟ ਨੌਜਵਾਨ ਆਜ਼ਾਦੀ ਦੇ ਲਈ ਜੁੜ ਚੁੱਕਿਆ ਹੈ। ਚੱਲ ਵੀ ਧਨੌਲੇ ਪਿੰਡ ਵਾਲਿਆਂ ਫਿਰ ਪਾ ਕਬੱਡੀ, ਕਦੇ ਕੈਨੇਡਾ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਾਲੇ ਦੀਆਂ, ਕਦੇ ਭਿੰਦੇ ਦੀਆਂ, ਮੇਰੇ ਵੀਰੋ ਕਦੇ ਉਸੇ ਵੇਲੇ ਦਾ ਧੌਲਾ ਪਿੰਡ, ਨਾ ਸਾਹਮਣੇ ਕਦੇ ਧਨੌਲੇ ਵਾਲਾ ਗੱਭਰੂ ਇਸ ਵੇਲੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ। ਹੁਣ ਤਿੰਨ ਨੇ ਤਿੰਨਾਂ ਦੇ ਵਿੱਚੋਂ ਨੌਜਵਾਨ ਲੱਖੋੜੀ ਵਾਲਾ ਆਲਮ, ਇਹ ਨੌਜਵਾਨ ਕਾਲਮ ਹੈ ਮੇਰੇ ਪੰਜਾਬੀ ਵੀਰੋ, ਇੱਕ ਕਾਲਮ ਲੁਹਾਰ, ਪਰ ਇਹ ਨੌਜਵਾਨ ਇਸ ਵੇਲੇ ਮੈਦਾਨ ਦੇ ਵਿੱਚ ਲੱਖੋੜੀ ਪਿੰਡ ਵਾਲਾ ਲੜਕੀਆਂ ਦਾ 100 ਮੈਚ ਹੋਵੇਗਾ ਤਿੰਨ ਮੈਚਾਂ ਤੋਂ ਬਾਅਦ। ਓਪਨ ਦੀਆਂ ਜਿੰਨੀਆਂ ਵੀ ਟੀਮਾਂ ਗਰਾਊਂਡ ਦੇ ਆਲੇ ਦੁਆਲੇ ਚੱਕਰ ਲਗਾ ਰਹੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੀਆਂ ਐਂਟਰੀ ਫੀਸਾਂ 2 ਨੰਬਰ ਸਟੇਜ ਉੱਪਰ ਜਮ੍ਹਾਂ ਕਰਵਾ ਦੇਣ। ਓਪਨ ਦੀਆਂ ਜਿੰਨੀਆਂ ਵੀ ਟੀਮਾਂ ਗਰਾਊਂਡ ਦੇ ਆਲੇ ਦੁਆਲੇ ਚੱਕਰ ਕੱਢ ਰਹੀਆਂ ਨੇ ਉਹਨਾਂ ਨੂੰ ਬੇਨਤੀ ਆ ਕਿ 5-7 ਮਿੰਟ ਦੇ ਵਿੱਚ ਹੀ ਆਪਣੀ ਐਂਟਰੀ ਫੀਸਾਂ ਜਮ੍ਹਾਂ ਕਰਵਾ ਦੇਣ। ਕਬੱਡੀ 1 ਮਿੰਟ ਓਪਨ, ਖਿਡਾਰੀਆਂ ਨੂੰ ਸਾਡੀ ਬੇਨਤੀ ਹੈ ਉਹ ਜ਼ਰੂਰ ਸਾਡੇ ਨਾਲ ਅੱਗੇ ਸੰਪਰਕ ਕਰ ਲੈਣ ਤਾਂ ਕਿ ਆਪਾਂ ਟਾਈਮ ਨਾਲ ਜਿਹੜਾ ਮੇਲਾ ਉਹ ਸ਼ੁਰੂ ਕਰ ਦਈਏ। ਸਾਰੇ ਵੀਰਾਂ ਨੂੰ ਬੇਨਤੀ ਹੈ ਕਬੱਡੀ 1 ਮਿੰਟ ਓਪਨ ਵਾਲਿਆਂ ਨੂੰ, ਉਧਰ ਸਪੋਰਟਸ ਕਲੱਬ ਦੇ ਵੱਲੋਂ ਦੋਨੋਂ ਟੀਮਾਂ ਨੇ ਜਿਹੜਾ 1-1 100 ਰੁਪਇਆ ਬਿੱਲ ਆਇਆ ਹੈ, ਬਹੁਤ ਬਹੁਤ ਧੰਨਵਾਦ। ਫਾਈਨਲ ਮੈਚ ਕਬੱਡੀ 55 ਕਿਲੋ ਦਾ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਉਹ ਬਹੁਤ ਤਕੜਾ ਜਿਹੜਾ ਖੇਡੇ ਜਾ ਰਿਹਾ ਹੈ। ਲਾ ਧਨੌਲੇ ਵਾਲਾ ਤੇ ਇੱਕ ਪਾਸੇ ਸੇਖੇ ਪਿੰਡ ਵਾਲਾ ਨੌਜਵਾਨ ਗੱਭਰੂ ਕਦੇ ਵੱਧ ਕੇ ਟਰਾਈ ਕਰ ਰਿਹਾ ਹੈ ਕਿ ਪਹਿਲੀਆਂ ਕਬੱਡੀਆਂ ਨੇ ਚੜ ਚੜ ਕੇ ਅੱਜ ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਅੱਜ ਸਾਨਾ ਦੇ ਪੇੜਾਂ ਦੇ ਵਿੱਚ ਭੇੜ ਹੋਣੇ ਹੈ, ਸ਼ੇਰਾਂ ਨੇ ਪਹਾੜਾਂ ਨਾਲ ਮੱਥੇ ਲਾਉਣੇ ਹੈ ਕਿ ਸ਼ੇਰਾਂ ਨੇ ਪਹਾੜਾਂ ਨਾਲ ਮੱਥੇ ਲਾਉਣੇ ਹੈ। ਅੱਜ ਕਬੱਡੀ 1 ਮਿੰਟ ਓਪਨ ਦੇ ਵਿੱਚ ਦੁਨੀਆ ਭਰ ਦੇ ਸਟਾਰ ਕਬੱਡੀ ਖਿਡਾਰੀ ਅੱਜ ਇਸੇ ਖੇਡ ਮੈਦਾਨ ਦੀ ਸ਼ਾਨ ਬਣਨਗੇ, ਹਰ ਸਾਲ ਬਣਦੇ ਨੇ ਮੇਰੇ ਵੀਰੋ ਇਸ ਖੇਡ ਮੈਦਾਨ ਦੀ ਸ਼ਾਨ। ਨਾ ਸਾਹਮਣੇ ਕਹਿੰਦੇ ਨੌਜਵਾਨ ਸੇਖੇ ਵਾਲਾ ਗੱਭਰੂ ਤੇ ਗੱਭਰੂ ਪੁੱਤ ਨੇ ਮਾਵਾਂ ਸ਼ੀਣੀਆਂ ਦੇ
ਲੱਗਦਾ ਕੋਈ ਵੀ ਕਿਸੇ ਤੋਂ ਘੱਟ ਵੇਖੋ, ਕਿਸੇ ਦੌੜੇ ਤੇ ਸ਼ੇਰ ਪਵਾ ਲਿਆ, ਕਿਸੇ ਪੜਦੇ ਪਵਾ ਲਿਆ ਸੱਪ ਵੇਖੋ, ਰੇਡਰ ਕਹਿੰਦੇ ਨੇ ਮੱਖੀ ਨੀ ਬੈਠ ਦੇਣੀ, ਜਾਫੀ ਕਹਿੰਦੇ ਦਿਖਾਵਾਂਗੇ ਡੱਕ ਵੇਖੋ, ਪਰ ਜਾਫੀ ਨੌਜਵਾਨ ਇਸ ਵੇਲੇ ਜੱਫਾ ਨਹੀਂ ਲਾ ਸਕਿਆ। ਤਰਸੇਮ ਕੁਮਾਰ ਜੀ ਸੁਲਤਾਨ ਜਿਨ੍ਹਾਂ ਨੇ ਦੁਬਈ ਦੇ ਸ਼ਾਰਜਾ ਕਬੱਡੀ ਕੱਪ ਤੇ ਵੀ ਮਿਸਲਾਂ ਮਾਰੀਆਂ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਮੈਦਾਨ ਦੇ ਵਿੱਚ ਨੇ ਉਧਰ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਕੁਲਦੀਪ ਸਿੰਘ ਜੀ ਸਰਪੰਚ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸਤਿਕਾਰ ਹੈ ਸਮੁੱਚੀ ਸਪੋਰਟਸ ਕਲੱਬ ਦੇ ਵੱਲੋਂ, ਉਹ ਵੀ ਸਾਰੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹੈ। ਸਰਦਾਰ ਕੁਲਦੀਪ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਸਾਹਮਣੇ ਕਬੱਡੀ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਮੇਰੇ ਪੰਜਾਬੀ, ਇਹ ਤੇ ਉਹ ਗੱਲ ਬਣ ਗਈ ਹੈ ਕਿ ਗੁੱਟ ਨੂੰ ਫੜ ਕੇ ਮਾਰੇ ਕੈਂਚੀ, ਪ੍ਰੇਮ ਝਨੇਰਾ ਦਾ ਪਰ ਪੁਆਇੰਟ ਸਿਮਾ ਵਾਲੇ ਲੱਕੀ ਨੇ ਇਸ਼ਾਰਾ ਕਰ ਦਿੱਤਾ ਹੈ ਵੀ ਪੁਆਇੰਟ ਜੋ ਹੈ ਉਹ ਕਾਮਨ ਹੋ ਚੁੱਕਿਆ ਹੈ, ਪੁਆਇੰਟ ਜਿਹੜਾ ਕਾਮਨ ਹੋ ਚੁੱਕਿਆ। ਚੱਲ ਵੀ ਜਵਾਨ ਫਿਰ ਪਾ ਕਬੱਡੀ, ਉਧਰ ਜਿੰਨੀ ਵੀ ਸੰਗਤ ਹੌਲੇ ਹੌਲੇ ਕੋਲ ਦੇ ਦਾਇਰੇ ਦੇ ਨਾਲ ਇਕੱਠ ਜਿਹੜਾ ਥੋੜਾ ਵੱਧਦਾ ਜਾ ਰਿਹਾ ਹੈ, ਸ਼ਾਮ ਤੱਕ ਜਿਹੜਾ ਇਕੱਠ ਪੂਰਾ ਜਿਹੜਾ ਮਿਲ ਵੀ ਰਹੇ ਗਰਾਊਂਡ ਖਜਾ ਖਚ ਜਿਹੜਾ ਦਰਸ਼ਕਾਂ ਨਾਲ ਭਰ ਜਾਣਾ ਹੈ। ਮੇਰੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਲਓ ਸਾਹਮਣੇ ਧਨੌਲੇ ਨਾਲ ਬੜੀ ਚੁਸਤੀ ਨਾਲ ਕੋਈ ਤਾੜੀਆਂ ਮਾਰ ਦੋ ਮੇਰੇ ਪੰਜਾਬੀ ਵੀਰੋ, ਦੇਖੋ ਨੌਜਵਾਨੇ ਪੂਰਾ ਤਗੜਾ ਜਿਹੜਾ ਜੱਫਾ ਲਾਇਆ ਹੈ ਮੈਦਾਨ ਦੇ ਵਿੱਚ। ਗੱਭਰੂ ਆਪਣੀ ਟੀਮ ਦੇ ਲਈ ਪੁਆਇੰਟ ਦਾ ਜਿਹੜਾ ਵਾਧਾ ਕਰ ਚੁੱਕਾ ਹੈ ਨੌਜਵਾਨ, ਗੱਭਰੂ ਨੇ ਇੱਕ ਅੰਕ ਹੋਰ ਜੋੜ ਦਿੱਤਾ ਹੈ। ਚੱਲ ਵੀ ਜਵਾਨਾਂ ਧਨੌਲੇ ਪਿੰਡ ਵਾਲੇ ਆ ਫਿਰ ਪਾ ਮੈਦਾਨ ਦੇ ਵਿੱਚ ਅਗਲੀ ਕਬੱਡੀ। ਲਓ ਧਨੌਲੇ ਪਿੰਡ ਵਾਲੇ ਨੇ ਅਗਲੀ ਕਬੱਡੀ ਪਾ ਦਿੱਤੀ ਹੈ। ਕਹਿੰਦੇ ਰਾਜੇ ਖੇਲੇ ਨੇ ਵੀ ਬੜਾ ਸੋਹਣਾ ਲਿਖਿਆ ਹੈ ਕਿ ਚੱਲ ਕਾਲਿਆ ਧਨੌਲੇ ਪਿੰਡ ਵਾਲੇ ਆ, ਮੁੱਲ ਅੱਜ ਪੈੜਾ ਤਾਰਨਾ, ਨੀਕੇ ਜਾਣ ਲਈ ਸਕੀਮਾਂ ਦੱਸੀਆਂ, ਕਿੱਦਾਂ ਕਿੱਦਾਂ ਟੱਚ ਮਾਰਨਾ, ਰਾਜੇ ਖੇਲੇ ਤੋਂ ਲਿਖਾ ਕੇ ਸ਼ੇਰ ਆਪਣਾ ਤੇ ਫਿਰ ਤੇਰੇ ਸਿਰ ਉੱਤੋਂ ਮਾਰਨਾ, ਪਰ ਇਹ ਧਨੌਲੇ ਪਿੰਡ ਵਾਲਾ। ਇਸ ਵੇਲੇ ਗੱਭਰੂ ਨੌਜਵਾਨ ਮੈਨੂੰ ਲੱਗਦਾ ਵੀ ਇਸ ਵੇਲੇ ਕੜੱਕੀ ਜਿਹੜੀ ਜਾਨ ਉਹ ਫਿਰ ਲੋਕਾਂ ਨੂੰ ਫਸ ਗਈ ਹੈ। ਜਿਹੜਾ ਨੌਜਵਾਨ ਜਾਫੀ ਨੇ ਆਪਣੀ ਟੀਮ ਲਈ ਇੱਕ ਹੋਰ ਪੁਆਇੰਟ ਜਿਹੜਾ ਵਾਧਾ ਕਰ ਦਿੱਤਾ ਹੈ। ਇੱਕ ਇੱਕ ਕਰਕੇ ਦੋਨੋਂ ਟੀਮਾਂ ਆਪਣੀ ਜਿਹੜੀ ਅੰਕ ਸੰਖਿਆ ਜੇਤੂ ਜਿਹੜਾ ਟੀਚੇ ਵੱਲ ਲੈ ਕੇ ਜਾ ਰਹੀਆਂ ਨੇ। ਲਓ ਸਾਹਮਣੇ ਕਬੱਡੀ ਜਿਹੜੀ ਸੇਖੇ ਪਿੰਡ ਵਾਲੇ ਦੀ, ਜ਼ਿਲ੍ਹੇ ਬਰਨਾਲੇ ਦੇ ਦੋਨੋਂ ਪਿੰਡ ਨੇ ਮੇਰੇ ਵੀਰੋ ਇਸ ਵੇਲੇ ਮੈਦਾਨ ਦੇ ਵਿੱਚ। ਲਓ ਸਾਹਮਣੇ ਗੱਭਰੂ ਦੀ ਪਹਿਲੀ ਕਬੱਡੀ ਤੇ ਪੁਆਇੰਟ ਜਿਹੜਾ ਨੌਜਵਾਨ ਉਹ ਰੇਡਰ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ। ਮੈਚ ਸਮਾਪਤ, ਮੈਚ ਸਮਾਪਤ ਹੋ ਚੁੱਕਿਆ ਜੀ। ਇਸ ਮੈਚ ਦੇ ਰਿਜ਼ਲਟ ਜਿਹੜਾ ਆਪਾਂ ਜ਼ਰੂਰ ਅਨਾਊਂਸਮੈਂਟ ਕਰਾਂਗੇ ਵੀ ਕਿਹੜੀ ਟੀਮ ਦੇ ਫਾਈਨਲ ਦੇ ਕਿੰਨੇ ਅੰਕ ਰਹੇ ਹੈ, ਇਹ ਮੇਰਾ ਵੀਰ ਆਪਾਂ ਜ਼ਰੂਰ